ਸਾਡੇ ਚੈਨਲ 'ਤੇ ਆਏ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਦੋਸਤੋ, ਅੱਜ ਦੀ ਇਸ ਵੀਡੀਓ ਵਿੱਚ ਮੈਂ ਗੱਲ ਕਰਨ ਜਾ ਰਿਹਾ ਪਰਲ ਕੰਪਨੀ 'ਚ। ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਕਾਫੀ ਸਾਰੇ ਲੋਕਾਂ ਨੇ ਜਿਹੜਾ ਕਿ ਪਰਲ ਕੰਪਨੀ ਦੇ ਵਿੱਚ ਪੈਸਾ ਫਸਿਆ ਹੋਇਆ ਵਾ। ਬਟ ਦੋਸਤੋ, ਹੁਣ ਤੁਹਾਡੇ ਲਈ ਇਹ ਜਿਹੜੀ ਬਹੁਤ ਵੱਡੀ ਖੁਸ਼ਖਬਰੀ, ਜਿਹੜੇ ਪੰਜਾਬ ਸਰਕਾਰ ਨੇ ਜਿਹੜਾ ਇੱਕ ਫੈਸਲਾ, ਜਿਹੜੇ ਦੋਸਤੋ ਜਿਨ੍ਹਾਂ ਨੇ ਵੀ ਇਹਦੇ ਵਿੱਚ ਆਪਣਾ ਪੈਸਾ ਲਗਾਇਆ ਸੀ, ਆਪਣੇ ਪੈਸੇ ਤੁਹਾਡੇ ਜਿੰਨੇ ਵੀ ਲੱਗੇ ਹੋਏ, ਤੁਹਾਨੂੰ ਸਾਰਿਆਂ ਨੂੰ ਇੱਕ ਬਹੁਤ ਹੀ ਵੱਡੀ ਰਾਹਤ ਮਿਲਣ ਵਾਲੀ ਆ। ਹਾਂ ਦੋਸਤੋ, ਤੁਸੀਂ ਬਿਲਕੁਲ ਸਹੀ ਸੁਣਦੇ ਪਏ ਖਬਰ। ਇਹਦੇ ਵਿੱਚ ਤੁਹਾਨੂੰ ਜਿਹੜੀ ਬਹੁਤ ਵੱਡੀ ਸਰਕਾਰ ਤੁਹਾਨੂੰ ਆਉਣ ਵਾਲੇ ਸਮੇਂ 'ਚ ਰਾਹਤ ਦੇਣ ਜਾ ਰਹੀ। ਜਿਹੜੇ ਵੀ ਲੋਕਾਂ ਦਾ ਪੈਸਾ ਇਹਦੇ ਵਿੱਚ ਲਾਇਆ ਹੋਇਆ ਇਸ ਕੰਪਨੀ 'ਚ, ਉਹ ਲੋਕਾਂ ਨੂੰ ਆਉਣ ਵਾਲੇ ਸਮੇਂ 'ਤੇ ਬਹੁਤ ਹੀ ਵੱਡੀ ਸਰਕਾਰ ਵੱਲੋਂ ਇੱਕ ਰਾਹਤ ਦਿੱਤੀ ਜਾਏਗੀ। ਦੋਸਤੋ, ਇਹ ਜਿਹੜੀ ਆਪਣੇ ਐਡ ਆ, ਇਹਦੀ ਜਿਹੜੀ ਇੱਕ ਅਜੀਤ ਦੇ ਨਿਊਜ਼ ਪੇਪਰ 'ਤੇ 20 ਅਗਸਤ ਦੇ ਨਿਊਜ਼ ਪੇਪਰ 'ਤੇ ਵੀ ਆਈ ਹੋਈ। ਪਹਿਲੇ ਪੇਜ 'ਤੇ ਤੁਸੀਂ ਜਾ ਕੇ, ਤੁਸੀਂ ਫਰੰਟ ਪੇਜ 'ਤੇ ਤੁਸੀਂ ਦੇਖ ਸਕਦੇ ਹੋ, ਜਿਹਦੇ ਲਿਖਿਆ ਹੋਇਆ ਕਿ ਇਹਨਾਂ ਨੇ ਕੀ ਪੰਜਾਬ ਸਰਕਾਰ ਪਰਲ ਕੰਪਨੀ ਦੇ ਨਿਵੇਸ਼ਕਾਰਾਂ ਨੂੰ ਦੇਵੇਗੀ ਰਾਹਤ। ਕੰਪਨੀ ਦੀ ਸਮੁੱਚੀ ਜਾਇਦਾਦ ਦੇ ਰਿਕਾਰਡ ਸੁਪਰੀਮ ਕੋਰਟ ਕੇਸ 'ਚ ਅਟੈਚ, ਹਰਕਵਲਜੀਤ ਸਿੰਘ। ਇੱਥੇ ਦੋਸਤੋ ਟਾਈਟਲ 'ਚ ਵੀ ਲਿਖਿਆ, ਉੱਚ ਅਦਾਲਤ ਨੇ ਹੀ ਜਾਇਦਾਦ ਦੀ ਵਿਕਰੀ ਅਤੇ ਨਿਵੇਸ਼ਕਾਰਾਂ 'ਚ ਪੈਸੇ ਦੀ ਫੰਡ ਦਾ ਕੰਮ ਜਸਟਿਸ ਲੋਧਾ ਕਮੇਟੀ ਨੂੰ ਦਿੱਤਾ। ਹੁਣ ਅਸੀਂ ਪੜ੍ਹਦੇ ਦੋਸਤੋ, ਇੱਥੋਂ ਚੰਡੀਗੜ੍ਹ 19 ਅਗਸਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿਚਲੇ ਪਰਲ ਕੰਪਨੀ ਦੇ ਨਿਵੇਸ਼ਕਾਰਾਂ ਨੂੰ ਰਾਹਤ ਦੇਣ ਲਈ ਜੋ ਵਿਸ਼ੇਸ਼ ਜਾਂਚ ਦਾ ਹੁਕਮ ਦਿੱਤਾ ਗਿਆ ਹੈ, ਉਸ ਦਾ ਕੀ ਮੰਤਵ ਅਤੇ ਕਾਨੂੰਨੀ ਆਧਾਰ ਹੋ ਸਕਦਾ ਹੈ? ਜਦਕਿ ਸੁਪਰੀਮ ਕੋਰਟ ਪਹਿਲਾਂ ਕੰਪਨੀ ਵਿਰੁੱਧ ਇਨਕਮ ਟੈਕਸ, ED, SEBI ਅਤੇ CBI ਸਮੇਤ ਦੂਜੇ ਸਾਰੇ ਲੋਕਾਂ ਨੂੰ ਇੱਕ ਥਾਂ ਇਕੱਠਾ ਕਰਕੇ ਸੇਵਾ ਮੁਕਤ ਚੀਫ ਜਸਟਿਸ ਲੋਧਾ ਦੀ ਅਗਵਾਈ ਵਿੱਚ ਇੱਕ ਕਮੇਟੀ ਗਠਿਤ ਕਰ ਚੁੱਕੀ ਹੈ, ਜਿਸ ਨੂੰ ਕੰਪਨੀ ਦੀ ਦੇਣਦਾਰੀ ਪੂਰੀ ਕਰਨ ਅਤੇ ਜਾਇਦਾਦ ਦੀ ਵਿਕਰੀ ਦਾ ਕੰਮ ਦਿੱਤਾ ਗਿਆ ਹੈ। ਪੰਜਾਬ ਸਰਕਾਰ ਜਸਟਿਸ ਲੋਧਾ ਕਮੇਟੀ ਤੱਕ ਪਹੁੰਚ ਕਰੇਗੀ ਜਾਂ ਸੁਪਰੀਮ ਕੋਰਟ ਤੱਕ, ਇਹ ਸਪੱਸ਼ਟ ਨਹੀਂ, ਜਾਂ ਕਿਸੇ ਹੋਰ ਢੰਗ ਨਾਲ ਨਿਵੇਸ਼ਕਾਰਾਂ ਦਾ ਪੈਸਾ ਵਾਪਸ ਦਿਵਾਏਗੀ, ਇਹ ਵੀ ਸਪੱਸ਼ਟ ਨਹੀਂ ਹੈ। ਕੰਪਨੀ ਦੇ ਮੁਖੀ ਨਿਰਮਲ ਸਿੰਘ ਬੰਗੂ ਸਮੇਤ ਚੀਫ ਵਿੱਤੀ ਕੰਟਰੋਲਰ ਗੁਰਮੀਤ ਸਿੰਘ, MD ਸੁਖਦੇਵ ਸਿੰਘ ਅਤੇ ਡਾਇਰੈਕਟਰ ਭੱਟਾਚਾਰੀਆ ਮਗਰਲੇ 6 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ, ਜਦਕਿ ਇਹ ਡਾਇਰੈਕਟਰ ਦੀ ਜੇਲ੍ਹ ਵਿੱਚ ਮੌਤ ਹੋ ਗਈ ਹੈ ਅਤੇ ਇੱਕ ਦੀ ਜ਼ਮਾਨਤ ਵੀ ਹੋ ਚੁੱਕੀ ਹੈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ। ਦੋਸਤੋ, ਅੱਗੇ ਜਿਹੜਾ ਇਹਦਾ ਜਿਹੜਾ ਨੈਕਸਟ ਲਿਖਿਆ ਹੋਇਆ ਉਹ ਪਾਕੀ ਸਫ਼ਾ 2 ਅਤੇ 4 ਨੰਬਰ ਕੋਲਮ 'ਤੇ ਲਿਖਿਆ, ਚਲੋ ਤੁਹਾਨੂੰ ਆਪਾਂ 4 ਨੰਬਰ 'ਤੇ ਲੈ ਕੇ ਚੱਲਦੇ ਹਾਂ। ਹਾਂ ਦੋਸਤੋ, ਆਹ ਲਿਖਿਆ ਜਿਹੜੇ ਕਿ ਪੰਜਾਬ ਸਰਕਾਰ ਪਰਲ ਕੰਪਨੀ ਦੇ ਨਿਵੇਸ਼ਕਾਰਾਂ, ਕੰਪਨੀ ਦੇ ਕਿਸੇ ਜਾਇਦਾਦ ਦੀ ਗੈਰ ਕਾਨੂੰਨੀ ਵਿਕਰੀ ਦਾ ਕੇਸ ਵੀ ਸ਼ਿਕਾਇਤ 'ਤੇ ਦਰਜ ਕੀਤਾ ਸੀ, ਜਿਸ ਦੀ ਸਰਦਾਰ ਬੰਗੂ ਨੇ ਇੱਕ ਜਵਾਈ ਅਤੇ ਬੇਟੀ ਵੀ ਨਜ਼ਰਬੰਦ ਹਨ। ਇਹ ਕੇਸ VCBI ਨੇ ਹੀ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਪਰੰਤੂ ਪੰਜਾਬ ਸਰਕਾਰ ਨੇ ਜੋ ਨਿਵੇਸ਼ਕਾਰਾਂ ਨੂੰ ਪੈਸੇ ਵਾਪਸ ਲੈ ਕੇ ਦੇਣ ਦਾ ਭਰੋਸਾ ਦਿੱਤਾ ਹੈ, ਉਹ ਪੈਸੇ ਕਿਸ ਤੋਂ ਲਏ ਜਾਣਗੇ? ਜਦਕਿ ਕੰਪਨੀ ਦੇ ਸਾਰੇ ਅਧਿਕਾਰੀ ਤਿਆਰ ਜੇਲ੍ਹ ਵਿੱਚ ਹਨ ਅਤੇ ਜਾਇਦਾਦ ਦੇ ਰਿਕਾਰਡ CBI ਕੋਲ ਹਨ, ਕੇਸ ਸੁਪਰੀਮ ਕੋਰਟ 'ਚ ਹੈ। ਸੁਪਰੀਮ ਕੋਰਟ ਵੱਲੋਂ ਦਿੱਤੇ ਆਦੇਸ਼ ਅਨੁਸਾਰ ਕੰਪਨੀ ਦੀ ਜਾਇਦਾਦ ਦਾ ਕੋਈ ਵੀ ਖਰੀਦਦਾਰ ਘੱਟੋ ਘੱਟ 1,000 ਕਰੋੜ ਦੀ ਜਾਇਦਾਦ ਲਈ ਟੈਂਡਰ ਦੇ ਸਕਦਾ ਹੈ। ਗੂਗਲ ਅਨੁਸਾਰ ਪਰਲ ਕੰਪਨੀ ਦਾ 2021-22 ਵਿੱਚ ਕੁੱਲ ਮੁੱਲ 1,82,000 ਕਰੋੜ ਦਿਖਾਇਆ ਜਾ ਰਿਹਾ ਹੈ, ਜਦਕਿ ਸਰਕਾਰ ਵੱਲੋਂ ਕੁਝ ਸਾਲ ਪਹਿਲਾਂ ਕੰਪਨੀ ਦੀਆਂ ਦੇਣਦਾਰੀਆਂ 48,000 ਕਰੋੜ ਦੀਆਂ ਦੱਸੀਆਂ ਗਈਆਂ ਸਨ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਹ ਉਕਤ ਰਾਸ਼ੀ ਜੋ ਕਾਫੀ ਰਕਮ ਨਿਵੇਸ਼ਕਾਰਾਂ ਨੂੰ ਵਾਪਸ ਵੀ ਕਰ ਚੁੱਕੇ ਹਨ, ਪਰ ਜੇਕਰ ਕੰਪਨੀ ਦੀ ਸਮਰੱਥਾ ਨਿਵੇਸ਼ਕਾਰਾਂ ਦਾ ਪੈਸਾ ਵਾਪਸ ਕਰਨ ਦੀ ਹੈ ਤਾਂ ਨਿਵੇਸ਼ਕਾਰਾਂ ਦੀ ਜਮ੍ਹਾਂ ਰਾਸ਼ੀ ਵਾਪਸ ਕਰਵਾਉਣ ਲਈ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ? ਇਹ ਵੀ ਸਭ ਦੀ ਸਮਝ ਤੋਂ ਬਾਹਰ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਕੰਪਨੀ ਦੇ ਪ੍ਰਮੋਟਰ ਭਾਵੇਂ ਪੰਜਾਬੀ ਹਨ, ਪਰ ਨਿਵੇਸ਼ਕਾਰ ਪੂਰੇ ਦੇਸ਼ ਤੋਂ ਹਨ ਅਤੇ ਬਾਕੀ ਸੂਬਿਆਂ ਦੇ ਨਿਵੇਸ਼ਕਾਰਾਂ ਮੁਕਾਬਲੇ ਪੰਜਾਬ ਵਿਚਲਾ ਨਿਵੇਸ਼ ਕਾਫੀ ਥੋੜ੍ਹਾ ਹੈ। ਪੰਜਾਬ ਸਰਕਾਰ ਸੂਬੇ ਦੇ ਗਰੀਬ ਨਿਵੇਸ਼ਕਾਰਾਂ ਨੂੰ ਰਾਹਤ ਕਿਵੇਂ ਦਿਵਾਏਗੀ? ਇਹ ਦੇਖਣ ਵਾਲੀ ਗੱਲ ਹੈ, ਜਾਂ ਸਰਕਾਰ ਦਾ ਇਹ ਵੱਡਾ ਐਲਾਨ ਵੀ ਹੈ, ਸਿਆਸੀ ਜੁਮਲਾ ਹੀ ਸਾਬਿਤ ਹੋਵੇਗਾ। ਆਹੀ ਦੋਸਤੋ ਅੱਜ ਦੀ ਜਿਹੜੀ ਖਬਰ, ਬਾਕੀ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਸਰਕਾਰ ਇਸ ਪਰਲ ਕੰਪਨੀ ਦੇ ਕੀ ਸਟੈਪ ਚੁੱਕ ਰਹੀ ਹੈ ਜਾਂ ਤੁਹਾਨੂੰ ਕੀ ਦੇਖਣ ਨੂੰ ਮਿਲਦਾ। ਆਪਾਂ ਤਾਂ ਇਹੋ ਆਸ ਕਰਦੇ ਵੀ ਜਿਹੜੇ ਵੀ ਲੋਕਾਂ ਨੇ ਪੈਸੇ ਜਿਹੜੇ ਉਹਨਾਂ ਦੇ ਇਸ ਕੰਪਨੀ 'ਤੇ ਲਾਏ ਹੋਏ ਸਾਰਿਆਂ ਨੇ ਜਲਦ ਤੋਂ ਜਲਦ ਵਾਪਸ ਕੀਤੇ ਜਾਣ। ਤਾਂ ਬਾਕੀ ਦੋਸਤੋ ਕੋਈ ਨੈਕਸਟ ਨਿਊਜ਼ ਅਸੀਂ ਫਿਰ ਜਲਦੀ ਆਵਾਂਗੇ। ਉਦੋਂ ਤੱਕ ਦੋਸਤੋ ਧੰਨਵਾਦ ਜੀ।